और वहीं इस मौके पर डेरा बस्सी से आम आदमी पार्टी के हल्का विधायक कुलजीत सिंह रंधावा से भी हमारे संवाददाता गुरमिंदर सिंह ने खास बातचीत की है। उन्होंने क्या कुछ कहा ये भी आपको सुनाते हैं। ਸਾਡੇ ਨਾਲ ਇਸ ਵਕਤ ਮੌਜੂਦ ਨੇ ਡੇਰਾਬਾਸੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ। ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਜਿੱਥੇ ਮੰਤਰੀਆਂ ਵੱਲੋਂ ਅੱਜ ਪਦਭਾਰ ਸੰਭਾਲਿਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਅੱਜ ਪਹੁੰਚੇ ਨੇ ਕੁਲਜੀਤ ਸਿੰਘ ਰੰਧਾਵਾ, ਗੱਲਬਾਤ ਕਰਦੇ ਆ। ਸਰ, ਅੱਜ ਜੋ ਮੰਤਰੀਆਂ ਵੱਲੋਂ ਆਪਣਾ ਕੁਰਸੀ ਅਹੁਦਾ ਸੰਭਾਲਿਆ ਗਿਆ, ਕਿਸ ਤਰ੍ਹਾਂ ਦੇਖਦੇ ਹੋ? ਛੋਟੇ ਵੀਰੇ, ਬੜੀ ਮੇਰੇ ਵਾਸਤੇ ਖੁਸ਼ੀ ਦਾ ਦਿਨ ਹੈ ਕਿ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਵਾਰ-ਵਾਰ ਆਪਣੀ ਜਿਹੜੇ MLA ਸਾਹਿਬਾਨ ਦੀ ਟੀਮਾਂ ਸੀਗੀਆਂ ਉਹਨਾਂ 'ਚੋਂ ਵਾਰੀ ਵਾਰੀ ਸਭ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਔਰ ਉਸਦੀ ਯੋਗਤਾ ਦੇ ਹਿਸਾਬ ਨਾਲ ਆ ਗੋਇਲ ਸਾਹਿਬ ਨੂੰ ਜਿਹੜਾ ਅੱਜ ਕੁਰਸੀ 'ਤੇ ਬਿਠਾਇਆ ਗਿਆ, ਮਾਨ ਸਾਹਿਬ ਦਾ ਆਸ਼ੀਰਵਾਦ, ਕੇਜਰੀਵਾਲ ਸਾਹਿਬ ਦਾ ਆਸ਼ੀਰਵਾਦ, ਮੈਨੂੰ ਉਮੀਦ ਹੈ ਕਿ ਗਰਾਊਂਡ ਨਾਲ ਜਿਹੜੇ ਹੋਏ ਲੋਕ ਨੇ, ਜਿਹੜੇ ਸਾਡੇ ਭਰਾ ਵਰਗੇ ਜਿਨ੍ਹਾਂ ਨੇ ਗਰਾਊਂਡ ਲੈਵਲ 'ਤੇ ਇੱਕ ਵਕੀਲੀ ਤੋਂ ਉੱਠ ਕੇ ਪੜ੍ਹਾਈ ਕਰਕੇ ਤੁਰੇ, ਔਰ ਅੱਜ ਜਦੋਂ ਮੈਂ ਵਿਧਾਨ ਸਭਾ ਕਮੇਟੀਆਂ 'ਚ ਬੈਠਦਾ ਸੀ, ਜਦੋਂ ਘੱਗਰ ਦਰਿਆ, ਬੁੱਢਾ ਦਰਿਆ ਦੀ ਗੱਲ ਚੱਲਦੀ ਸੀ ਤਾਂ ਸਾਡੇ ਭਰਾ ਨੇ ਫਰੰਟ 'ਤੇ ਹੋ ਕੇ ਲੜਾਈ ਲੜੀ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜ਼ਮੀਨ ਨਾਲ ਜੁੜੇ ਹੋਏ ਜਿਹੜੇ ਇਨਸਾਨ ਨੇ ਅਗਰ ਇਹਨਾਂ ਅਹੁਦਿਆਂ 'ਤੇ ਨਵਾਜੇ ਜਾਣਗੇ ਤਾਂ ਉਹਦੇ ਰਿਜ਼ਲਟ ਬਹੁਤ ਵਧੀਆ ਨਿਕਲਣਗੇ। ਜਿਸ ਪ੍ਰਕਾਰ ਨਾਲ ਮਾਈਨਿੰਗ ਦਾ ਇਹਨਾਂ ਨੂੰ ਡਿਪਾਰਟਮੈਂਟ ਮਿਲਿਆ, ਮਾਈਨਿੰਗ ਦਾ ਮੁੱਦਾ ਪੰਜਾਬ ਵਿੱਚ ਕਾਫੀ ਲੰਬੇ ਸਮੇਂ ਤੋਂ ਗਰਮਾਉਂਦਾ ਆ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਕੰਟਰੋਲ ਹੋ ਪਾਏਗਾ ਹੁਣ? ਛੋਟੇ ਵੀਰ, ਗੱਲ ਇਹ ਹੈ ਵੀ ਜਿਹੜੀ ਵਿਧਾਨ ਸਭਾ ਕਮੇਟੀ ਘੱਗਰ ਬੁੱਢਾ ਨਾਲਾ ਦਰਿਆ ਦੀ ਕਮੇਟੀ ਹੈ, ਉਹ ਸਾਰੀ ਇਸੇ ਚੀਜ਼ 'ਤੇ ਲੈ ਕੇ ਆ, ਔਰ ਮੈਨੂੰ ਲੱਗਦਾ ਕਿ ਜਿੰਨਾ ਤਜਰਬਾ ਸਾਡੇ ਭਰਾ ਨੂੰ ਗੁਲ ਸਾਹਿਬ ਨੂੰ ਹੈਗਾ, ਉਹ ਬਾਖੂਬੀ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਅਤੇ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰਨਗੇ, ਔਰ ਪੰਜਾਬ ਦੇ ਲੋਕ, ਖਾਸ ਕਰ ਜਿਹੜਾ ਘੱਗਰ ਦਰਿਆ ਦਾ ਜਿਹੜਾ ਹੜ੍ਹ ਦਾ ਕਾਰਨ ਬਣਿਆ ਰਹਿੰਦਾ ਆਈ ਵਾਰ ਬੁੱਢੇ ਨਾਲੇ ਵਾਲੇ ਪਾਸੇ, ਇਹ ਜ਼ਰੂਰੀ, ਕਿਉਂਕਿ ਉਸ ਕਮੇਟੀ ਦਾ ਮੈਂ ਮੈਂਬਰ ਵੀ ਹਾਂ ਜਿੱਥੇ ਭਾਈ ਸਾਹਿਬ ਮੇਰੇ ਨਾਲ ਮੈਂਬਰ ਰਹੇ ਹਾਂ, ਔਰ ਮੇਰੇ ਲਈ ਔਰ ਮੇਰੀ ਕਮੇਟੀ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚੋਂ ਇੱਕ MLA ਨੂੰ ਇੰਨਾ ਬੜਾ ਸਤਿਕਾਰ ਮਿਲਿਆ, ਅਸੀਂ ਡਟ ਕੇ ਉਹਨਾਂ ਦੇ ਨਾਲ ਹੈ, ਔਰ ਅੱਜ ਸਭ ਤੋਂ ਵੱਡੀ ਮੈਂ ਮਾਨ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ MLA ਦੇ ਸਾਥੀਆਂ ਤੋਂ ਹੋਰ ਟੀਮ ਨੂੰ ਮੌਕਾ ਦਿੱਤਾ ਕੰਮ ਕਰਨ ਦਾ। ਪੰਚਾਇਤੀ ਚੋਣਾਂ ਦਾ ਵੀ ਵਿਗਲ ਬਚ ਚੁੱਕਿਆ, 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪੰਚਾਇਤ ਦੀਆਂ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਪੰਜਾਬ ਦੇ ਲੋਕ ਨਾ ਹੁਣ ਪੁਰਾਣੀ ਦਲਦਲ 'ਚੋਂ ਨਿਕਲ ਚੁੱਕੇ ਆ ਬਾਹਰ, ਕਈ ਸਾਲਾਂ ਤੋਂ ਆਮ ਤੌਰ 'ਤੇ ਕੀ ਹੁੰਦਾ ਸੀ ਕਿ ਪੁਰਾਣੀਆਂ ਸਰਕਾਰਾਂ, ਭਾਵੇਂ ਕਾਂਗਰਸ ਰਹੀ ਹੈ ਭਾਵੇਂ ਅਕਾਲੀ ਦਲ ਰਹੇ ਆ, ਇਹ ਪੰਚਾਇਤੀ ਚੋਣਾਂ ਨੂੰ ਹਥਿਆਇਆ ਕਰਦੇ ਸੀ, ਲੇਕਿਨ ਹੁਣ ਮੈਂ ਦੇਖਿਆ ਕਿ ਸਾਡੇ ਮਾਨ ਸਾਹਿਬ ਮੁੱਖ ਮੰਤਰੀ ਦਾ, ਉਹਨਾਂ ਦਾ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਗਿਆ ਕਿ ਤੁਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪਾਰਟੀ ਸਿੰਬਲ 'ਤੇ ਇਲੈਕਸ਼ਨ ਨਾ ਲੜੋ, ਤੁਸੀਂ ਆਪਣੇ ਪਿੰਡ ਦੇ ਮਾਹੌਲ ਖਰਾਬ ਨਾ ਕਰੋ, ਇਹਦਾ ਰਿਜ਼ਲਟ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਜ਼ਿਆਦਾ ਪੰਜਾਬ ਵਾਸੀਆਂ ਨੂੰ ਵਧੀਆ ਮਿਲੇਗਾ। ਮੈਨੂੰ ਉਮੀਦ ਹੈ ਕਿ ਪੰਜਾਬ 'ਚ ਹਰ ਜਗ੍ਹਾ ਜਿਹੜੀਆਂ ਸਾਰੀਆਂ ਪੰਚਾਇਤੀ ਚੋਣਾਂ ਨੇ ਹਰ ਪਿੰਡ ਦੇ ਵਿੱਚ ਅੱਜ ਲੋਕਾਂ ਨੇ ਮਨ ਬਣਾ ਲਿਆ ਕਿ ਅੱਜ ਪਿਛਲੇ 2.5-3 ਸਾਲਾਂ 'ਚ ਜਿਹੜਾ ਸਰਕਾਰ ਨੇ ਕੰਮ ਕੀਤਾ ਉਹ ਬੜਾ ਪੰਜਾਬ ਦੇ ਲੋਕਾਂ ਲਈ ਹਿਤੈਸ਼ੀ ਕੰਮ ਕੀਤਾ, ਲੋਕ ਇਸ ਵਾਰ ਭਗਵੰਤ ਸਿੰਘ ਮਾਨ ਅਤੇ ਇਹਦੀ ਟੀਮ ਦੀ ਕੀਤੇ ਹੋਏ ਕੰਮਾਂ 'ਤੇ ਮੋਹਰ ਲਾਣਗੇ। ਸਾਡੇ ਨਾਲ ਸੀ ਕੁਲਜੀਤ ਸਿੰਘ ਦਾਵਾ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਡੇਰਾ ਬੱਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ 'ਚ ਪੰਚਾਇਤੀ ਚੋਣਾਂ ਹੋਣਗੀਆਂ, ਸਰਬਸੰਮਤੀ ਨਾਲ ਹੋਣਗੀਆਂ, ਲੋਕ ਸਮਝ ਕੇ ਇੱਕ ਦੂਜੇ ਨੂੰ ਵੋਟ ਪਾਉਣਗੇ ਜਿਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਨਾ ਹੋਵੇ। ਕੈਮਰਾਮੈਨ ਨਤਰੀ ਨਾਲ ਗੁਰਮਿੰਦਰ ਸਿੰਘ, MHM ਨਿਊਜ਼, ਚੰਡੀਗੜ੍ਹ।